ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੋਰਿਆਂ ਦਾ ਨਾਸ਼ਤਾ ਮਤਲਬ ਕਿ ਪਾਸਤਾ ਸੌਖੇ ਜਿਹੇ ਇਨਗਰੀਡੀਐਂਟਸ ਦੇ ਨਾਲ ਆਪਾਂ ਪਾਣੀ ਨੂੰ ਉਬਾਲ ਲਵਾਂਗੇ ਉਹਦੇ 'ਚ ਸਾਲਟ ਪਾ ਲਾਂਗੇ ਅਤੇ ਨਾਲ ਹੀ ਆਪਾਂ ਪੈਪਾ ਵਾਲਾ ਪਾਸਤਾ ਪਾ ਲਾਂਗੇ ਜਿਹਨੂੰ ਰਿਗਤੋ ਨਹੀਂ ਕਹਿੰਦੇ ਹੈ ਅਤੇ ਟਮਾਟਰਾਂ ਨੂੰ ਆਪਾਂ ਮਾਈਕ੍ਰੋਵੇਵ ਕਰ ਲੈਣਾ ਲਸਣ ਦੇ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਸੌਖੇ ਤਰੀਕੇ ਨਾਲ ਮੈਸ਼ ਕਰ ਪਾਵਾਂਗੇ ਹੁਣ ਸੀਜ਼ਨਿੰਗ 'ਚ ਪਾ ਲਓ ਤੁਸੀਂ ਇਹਦੇ ਅੰਦਰ ਬੇਸਲ ਸਾਲਟ ਅਤੇ ਕਸ਼ਮੀਰੀ ਰੈੱਡ ਚਿੱਲੀ ਜਿੱਦਾਂ ਰੰਗ ਵਧੀਆ ਆਵੇ ਅਤੇ ਚਿੰਗਿਆੜੇ ਵਧੀਆ ਨਿਕਲਣ ਉਸ ਤੋਂ ਬਾਅਦ ਆਪਾਂ ਦੁੱਧ ਦੇ ਅੰਦਰ ਘੋਲ ਕੇ ਕੌਨਸਟਾਰਚ ਪਾ ਲਵਾਂਗੇ ਸੌਸ ਦੇ ਅੰਦਰ ਅਤੇ ਨਾਲ ਹੀ ਪੈਪਰ ਸਿੱਟਾਂਗੇ ਤਾਂ ਕਿ ਇਹ ਪਿੰਕ ਸੌਸ ਬਣ ਜਾਏ ਜਿਹੜੀ ਕਿ ਐਗਜ਼ਿਸਟ ਨਹੀਂ ਕਰਦੀ ਆਪਾਂ ਇੰਡੀਅਨਸ ਨੇ ਇਜਾਦ ਕੀਤੀ ਹੈ ਹੁਣ ਪਿੰਕ ਸੌਸ ਹੋ ਗਈ ਤਿਆਰ ਉਸ ਤੋਂ ਬਾਅਦ ਆਪਾਂ ਪੈਨ ਦੇ ਅੰਦਰ ਜਿਮ ਵਾਲਾ ਦਾ ਫੇਵਰੇਟ ਓਲਿਵ ਆਇਲ ਲੈ ਲੈਣਾ ਜਿਹੜਾ ਕਿ ਮਹਿੰਗਾ ਬਹੁਤ ਹੁੰਦਾ ਉਹਦੇ ਨਾਲ ਹੀ ਆਪਾਂ ਹਰੀ ਗੋਭੀ ਸਿੱਟ ਦਾਂਗੇ ਵਿੱਚ ਥੋੜ੍ਹਾ ਜਿਹਾ ਟੌਸ ਕਰਾਂਗੇ ਇਹਦੇ ਵਾਸਤੇ ਵਧੀਆ ਕਰੰਚ ਆਊਗਾ ਉਹਦੇ ਨਾਲ ਆਪਾਂ ਪੈਪਾ ਵਾਲਾ ਪਾਸਤਾ ਦੇ ਅੰਦਰ ਪਾ ਦੇਵਾਂਗੇ ਟੌਸ ਕਰਾਂਗੇ ਵਧੀਆ ਤਰੀਕੇ ਨਾਲ ਜ਼ਿਆਦਾ ਬੌਸੀ ਝਾੜਨ ਦੀ ਲੋੜ ਨਹੀਂ ਤਾਂ ਤੁਹਾਡਾ ਪੂਰਾ ਗੈਸ ਵੀ ਲਿਬੜ ਸਕਦਾ ਹੈ ਵਿੱਚ ਪਾਤੀ ਸੌਸ ਹੁਣ ਪਾਤਾ ਪਾਰਮੇਜਾਨੋ ਰਿਜਾਨੋ ਜਿੱਦਾਂ ਸਮੈਲ ਤਾਂ ਬਹੁਤ ਹੀ ਭੈੜੀ ਹੁੰਦੀ ਹੈ ਲੇਕਿਨ ਸੌਸ ਦਾ ਸਵਾਦ ਜਿਹਾ ਹੀ ਆ ਜਾਂਦਾ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਸਮੈਲ ਉੱਡ ਜਾਵੇ ਅਤੇ ਸਵਾਦ ਉਵੇਂ ਦਾ ਉਵੇਂ ਰਹੇ ਪਾ ਦਿਓ ਹੁਣ ਪਾਲਕ ਦੇ ਪੱਤੇ ਜਿਹਦੇ ਅੰਦਰ ਬਹੁਤ ਜ਼ਿਆਦਾ ਆਇਰਨ ਹੋਊਗਾ ਤੁਹਾਡੇ ਅੰਦਰ ਲੋਹਾ ਵੜ ਜੂਗਾ ਦੇਖਣ ਵਾਲੇ ਬੋਲਣਗੇ ਬਾਗਰੂ ਬਾਗਰੂ ਇਹਨੇ ਤਾਂ ਸਰੀਆ ਪਵਾ ਲਿਆ ਉਹਦੇ ਨਾਲ ਹੀ ਆਪਾਂ ਬ੍ਰੈਡ ਟੋਸਟ ਕਰਕੇ ਮੱਖਣ ਦੇ ਨਾਲ ਸਰਵ ਕਰ ਦਾਂਗੇ ਆਪਣਾ ਪਾਸਤਾ ਹੋ ਗਿਆ ਯਾਰ ਮਿੱਤਰੋ ਕੀਪ ਫੋਲੋਇੰਗ ਸੁੱਖੀ ਪਿਆਰ ਦੀ ਭੁੱਖੀ